ਇੱਕ ਘਰ 'ਚ ਲక్ష్ਮੀ ਦਾ ਵਾਸ ਸੀ ਸੁਪਨੇ 'ਚ ਲక్ష్ਮੀ ਨੇ ਸੇਠ ਨੂੰ ਦੱਸਿਆ ਕਿ ਤੇਰੇ ਪੁੰਨ ਮੁੱਕ ਗਈ ਐ ਸੋ ਮੇਰੀ ਇੱਥੇ ਠਹਿਰਨ ਦੀ ਮਿਆਦ ਵੀ ਮੁੱਕ ਗਈ ਐ ਕੁਝ ਦਿਨਾਂ 'ਚ ਮੈਂ ਵਿਦਾ ਹੋ ਜਾਵਾਂਗੀ ਤੇਰੀ ਭਗਤੀ ਤੋਂ ਮੈਂ ਪਰਸਾਨਾਂ ਕੁਝ ਮੰਗਣਾਂ ਤੇ ਮੰਗ ਲੈ ਸੇਠ ਨੇ ਕਿਹਾ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਦੱਸਾਂਗਾ ਸਲਾਹ ਕੀਤੀ ਕਿਸੇ ਨੇ ਕਿਹਾ ਬੰਗਲਾ ਮੰਗੋ ਕਿਸੇ ਨੇ ਹੀਰੇ ਕਿਸੇ ਨੇ ਮਹਿੰਗੀ ਕਾਰ ਮੰਗਣ ਲਈ ਕਿਹਾ ਸਭ ਤੋਂ ਛੋਟੀ ਨੂੰਨੇ ਕਹਾਂ ਜੇ ਲక్ష్ਮੀ ਨੇ ਚਲੇ ਹੀ ਜਾਣਾ ਤੇ ਇਹ ਚੀਜ਼ਾਂ ਵੀ ਚਲੀਆਂ ਜਾਣਗੀਆਂ ਜੇ ਮੰਗਣਾ ਤੇ ਮੰਗੋ ਕਿ ਸਾਡਾ ਆਪਸ 'ਚ ਪ੍ਰੇਮ ਪਿਆਰ ਸਨੇਹ ਬਣਿਆ ਰਹੇ ਇਸ ਨਾਲ ਅਸੀਂ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਸਹਾਰ ਲਵਾਂਗੇ ਅਗਲੀ ਰਾਤ ਸੁਪਨਾ ਆਇਆ ਸੇਠ ਨੇ ਕਿਹਾ हे ਦੇਵੀ ਜੇ ਤੁਸੀਂ ਜਾਣਾ ਹੀ ਹੈ ਤਾਂ ਪ੍ਰਸੰਨ ਹੋ ਕੇ ਜਾਣਾ ਸਾਨੂੰ ਇਹ ਵਰਦਾਨ ਦੇ ਕੇ ਜਾਣਾ ਕਿ ਸਾਡਾ ਆਪਸ 'ਚ ਪਿਆਰ ਤੇ ਸਤਕਾਰ ਪ੍ਰੇਮ ਤੇ ਸਨੇਹ ਬਣਿਆ ਰਹੇ ਦੇਵੀ ਨੇ ਕਿਹਾ ਪ੍ਰੇਮ ਪਿਆਰ ਤੇ ਸਨੇਹ ਮੰਗ ਕੇ ਤੁਸੀਂ ਤਾਂ ਮੈਨੂੰ ਬੰਨ ਹੀ ਲਿਆਏ ਇਹ ਸਭ ਕੁਝ ਦੇ ਕੇ ਮੈਂ ਇਥੋਂ ਕਿਵੇਂ ਜਾ ਸਕਦੀ ਆ ਧੰਨਵਾਦ